टीवी ते ढेर सारियां धमालां पाउण दे लई हाजिर हो चुकियां ने दो कुड़ियां, इक दा नाम है रंजीत ते दूजी दा नाम है मनप्रीत। ते मैं कहा जी जनाब फटाफट जिहड़े हंसी दे डोज ने ना ओह तुसीं लै लो, क्योंकि इस प्रोग्राम दे विच सिर्फ हंसियां ते खेडियां ही होंदियां ने। की गल मैडम, सुते रहे हो? सुते तो नहीं है, लेकिन जो मौसम ऐसा हो रहा ना, जेकर आप जागण की भी कोशिश करांगे ना तां भी धक्के नाल ही नींद आई जाती है। मैनू अज तुहानू इत्थे प्रोग्राम दे विच लियाण लई वी ना बड़े धक्के मारने पए ने, मतलब तुहानू धक्के नाल खिच खिच के इत्थे बिठाना पिया है कि भाई मैडम जी हासियां खेडियां प्रोग्राम कर लो। बिल्कुल जी, वैसे तो मेरा मन ही हैगा सी, लेकिन जदों मैनू पता लग्या कि इस प्रोग्राम दे नाल आपां अपने व्यूअर्स दे नाल रूबरू होवांगे ते फिर मेरी जिहड़ी नींद है ना ओह छू मंतर हो गई, ते मैं सोचिया भाई हुण आपां गल्लां करने ने अपने कुछ नवा जान लैने बहुत ही वधिया निकल जाता है, लेकिन घर भी सवेरे रोटी खाओ दुपहर लंच करो बस जी यही चलता रहता है, तो ये करके बहुत ही ज्यादा बोर हो रहे होने। और नींद दे बस की पूछो, नींद तो जरूर ही आ रही होनी, और वेखो कहीं तो घोड़े बेच के पिछे सुते भी हुए ने। बिल्कुल, घोड़े बेच के सोन वाला ही मौसम है। वैसे मनप्रीत, तुसी मैनूं ये दसो कि सोंदे हुए हल्का जिहा खड़का हुंदा है ते तुसी उठ जांदे हो या फिर तुसी भी घोड़े बेच के सुते हुंदे हो? नहीं, वे आले दुआले चोरी भी हो जाए तुहानूं पता ना चले। नहीं नहीं, ऐसी गल नहीं है, जदों मैनूं पता है कि कोई नाल हैगा वे, मतलब कि घर दे वड्डे हैगे ने देखण वास्ते, फिर ते मैं जी घोड़े बेच के सो जांदी। लेकिन जदों पता होवे कि घर दे विच आपां ही हैगे आ, पूरी ध्यान रखना है, फिर मेरी नींद ते माड़ा जिहा खड़का होण दी देर है नाल दी नाल खुल जांदी है। मेरी तां भाई नींद नहीं आउंदी जदों पता लगदा ना कि घर ਕੱਲਿਆਂ ਰਹਿਣਾ ਹੈ, ਕਿ ਘਰ ਦੇ ਜਿਹੜੇ ਘਰ ਵਾਲੇ ਮੈਂਬਰ ਨੇ ਉਹ ਥੋੜ੍ਹੀ ਦੇਰ ਲਈ ਬਾਹਰ ਗਏ ਨੇ, ਅਤੇ ਜੇ ਮੈਨੂੰ ਇਕੱਲਿਆਂ ਘਰ ਸਾਂਭਣਾ ਵੀ ਪਏ ਨਾ, ਬਈ ਮੇਰੇ ਆਨੇ ਤਾਂ ਇੰਝ ਖੁੱਲੇ ਰਹਿੰਦੇ ਨੇ ਕਿ ਬਈ ਕੋਈ ਚੋਰ ਵੀ ਇੰਨਾ ਨਹੀਂ ਘੂਰਦਾ ਹੋਏਗਾ ਜਿੰਨਾ ਮੈਂ ਆਪਣੇ ਘਰ ਨੂੰ ਘੂਰਦੀ ਹਾਂ। ਬਈ ਹਾਂ, ਮੈਨੂੰ ਬਹੁਤ ਡਰ ਲੱਗਦਾ ਹੈ ਇਕੱਲੇ ਘਰ ਦੇ ਵਿੱਚ। ਵੈਸੇ ਸਹੀ ਗੱਲ ਹੈ ਦੋਸਤੋ, ਜੇ ਸਾਡੇ ਸਿਰ ਤੇ ਵੱਡੇ ਹੁੰਦੇ ਨੇ ਨਾ, ਸਾਡੇ ਕਈ ਟੈਨਸ਼ਨਾਂ ਹੁੰਦੀਆਂ ਹੀ ਨਹੀਂ, ਮਤਲਬ ਕਿ ਜਦੋਂ ਕਿਤੇ ਚਲੇ ਜਾਣਾ ਫਿਰ ਸਾਨੂੰ ਪਤਾ ਲੱਗਦਾ ਯਾਰ ਬਹੁਤ ਟੈਨਸ਼ਨਾਂ ਹੈਗੀਆਂ ਨੇ। ਬਿਲਕੁਲ ਜੀ, ਬਿਲਕੁਲ। ਔਰ ਹਾਂ, ਇਹ ਗੱਲ ਬਿਲਕੁਲ ਸਹੀ ਕਿ ਮਨਪ੍ਰੀਤ ਨੇ ਕਿ ਬਈ ਜਿਹੜੇ ਘਰ ਬੈਠ ਕੇ ਵਰਕ ਕਰ ਰਹੇ ਨੇ ਨਾ, ਉਹਨਾਂ ਲਈ ਇਹ ਦਿਨਾਂ ਨੂੰ ਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਰਹੀ ਹੈ। ਵੈਸੇ ਇਸ ਗੱਲ ਨੂੰ ਤਾਂ ਬਿਲਕੁਲ ਸਹੀ ਕਿਹਾ ਮਨਪ੍ਰੀਤ ਨੇ ਕਿ ਬਈ ਜਿਹੜੇ ਘਰ ਬੈਠ ਕੇ ਕੰਮ ਕਰਦੇ ਪਏ ਨੇ, ਯਾਨੀ ਕਿ ਲੋਕਡਾਊਨ ਦੇ ਚੱਕਰ ਦੇ ਵਿੱਚ ਕਈ ਐਸੇ ਵਰਕਸ ਨੇ ਜੋ ਕਿ ਹਲੇ ਵੀ ਘਰ ਬਹਿ ਕੇ ਹੀ ਕਰਨੇ ਪੈ ਰਹੇ ਨੇ, ਉਹਨਾਂ ਲਈ ਇਸ ਨੂੰ ਬਹੁਤ ਜ਼ਿਆਦਾ ਸਿਚੁਏਸ਼ਨ ਨੂੰ ਬਹੁਤ ਜ਼ਿਆਦਾ ਫੇਸ ਕਰਨਾ ਇੱਕ ਪ੍ਰੋਬਲਮ ਬਣ ਗਈ ਹੈ। ਉਹ ਹੈ ਨਾ, ਇੱਕ ਤਾਂ ਬਈ ਮੈਂ ਕਹਿੰਦੀ ਹਾਂ ਕਿ ਬਈ ਮਾਰਚ ਦਾ ਮਹੀਨਾ ਆ ਗਿਆ, ਕਰੋਨਾ ਦੇ ਤਾਂ ਜਨਮ ਦਿਨ ਵੀ ਆ ਗਿਆ ਹੋਣਾ ਹੈ ਨਾ। ਵੈਸੇ ਦੋਸਤੋ, ਜਦੋਂ ਨਾ ਆਪਾਂ ਆਫਿਸ ਵਗੈਰਾ ਜਾਂਦੇ ਸੀ, ਆਪਾਂ ਸੋਚਦੇ ਸੀ ਰੱਬਾ ਕਦੋਂ ਛੁੱਟੀਆਂ ਹੋਣਗੀਆਂ, ਕਈ ਜਿਹੜੇ ਹੁਣ ਘਰ ਬੈਠੇ ਕੰਮ ਕਰ ਰਹੇ ਨੇ ਉਹ ਸੋਚਦੇ ਹੁੰਦੇ ਹਾਏ ਕਦੋਂ ਆਫਿਸ ਓਪਨ ਹੋਣਗੇ। ਹਾਂ, ਓਪਨ ਹੋਣਗੇ, ਲੇਕਿਨ ਜਦੋਂ ਆਫਿਸ ਜਾਂਦੇ ਸੀ ਨਾ ਤੇ ਸੋਚਦੇ ਸੀ ਘਰ ਨਾ ਆਪਾਂ ਨਾ ਜਿਹੜਾ ਕੰਮ ਹੈ ਨਾ ਘਰ ਬੈਠ ਕੇ ਕਰੀਏ, ਕਿੰਨਾ ਮਜ਼ਾ ਆਏਗਾ। ਲੇਕਿਨ ਹੁਣ ਉਹੀ ਉਸ ਗੱਲ ਨੂੰ ਕੋਸਦੇ ਨੇ ਕਿ ਆਪਾਂ ਇਹ ਗੱਲ ਕਿਉਂ ਬੋਲੀ। ਹਾਂ, ਦੇਖ ਲਓ ਜੀ, ਕਹਿੰਦੇ ਨੇ ਨਾ ਕਿ ਮੂੰਹ ਦੇ ਉੱਤੇ ਸਰਸਵਤੀ ਕਈ ਵਾਰੀ ਐਸੇ ਬੈਠ ਜਾਂਦੇ ਨੇ ਕਿ ਤੁਹਾਡੀ ਗੱਲਾਂ ਸੱਚੀਆਂ ਹੋ ਜਾਂਦੀਆਂ ਨੇ, ਲੇਕਿਨ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਨੈਗੇਟਿਵ ਹੁੰਦੀਆਂ ਨੇ ਔਰ ਉਹ ਸੱਚੀਆਂ ਹੋ ਜਾਂਦੀਆਂ ਨੇ। ਮਤਲਬ ਕਹਿਣ ਦਾ ਮਤਲਬ ਹੈ ਕਿ ਵਿਹਲੇ ਬੈਠੇ ਅਸੀਂ ਸੋਚਦੇ ਹਾਂ ਕਿ ਬਈ ਹਾਏ ਹੁਣ ਕੋਈ ਤਾਂ ਐਸਾ ਦਿਨ ਮਿਲ ਜੇ ਜਿੱਥੇ ਅਸੀਂ ਵਕੇਸ਼ਨ ਇੰਜੋਏ ਕਰਕੇ ਆਈਏ, ਜਾਂ ਫਿਰ ਕਈ ਐਸੇ ਕਹਿੰਦੇ ਨੇ ਕਿ ਬਈ ਕੰਮ ਤੋਂ ਬੜੇ ਜ਼ਿਆਦਾ ਬੋਰ ਹੋ ਗਏ ਹੁਣ ਘਰ ਨੂੰ ਜਾਣ ਦਾ ਵੇਲਾ ਮਿਲ ਜੇ। ਲੇਕਿਨ ਜਨਾਬ, ਇਹਨਾਂ ਬੋਰਿੰਗ ਡੇਜ਼ ਦੇ ਵਿੱਚ ਨਾ ਅਸੀਂ ਆਪਣੇ ਆਪ ਨੂੰ ਬਸ ਬੋਰੀਅਤ ਦੇ ਵਿੱਚ ਹੀ ਭਰ ਲੈਂਦੇ ਹਾਂ। ਲੇਕਿਨ ਇਹ ਭਰਨਾ ਬਹੁਤ ਹੀ ਗਲਤ ਹੈਗਾ ਵੀ, ਜੇਕਰ ਤੁਸੀਂ ਆਪਣੇ ਅੰਦਰ ਬੋਰਿੰਗ ਆਪਾਂ ਮਤਲਬ ਆਪਾਂ ਲਾ ਲੈਂਦੇ ਹਾਂ, ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ, ਵੈਸੇ ਜੀ ਆਪਾਂ ਬੋਰ ਨਹੀਂ ਹੋਣਾ, ਜੇਕਰ ਤੁਹਾਨੂੰ ਲੱਗ ਰਿਹਾ ਕਿ ਥੋੜ੍ਹਾ ਜਿਹਾ ਆਪਾਂ ਬੋਰ ਹੋ ਰਹੇ ਹਾਂ ਤਾਂ ਥੋੜ੍ਹਾ ਘੁੰਮ ਕੇ ਆਓ, ਫਿਰ ਕੇ ਆਓ, ਫਿਰ ਆ ਕੇ ਆਪਣੇ ਕੰਮ ਨੂੰ ਕਰੋ। ਵੈਸੇ ਮਨਪ੍ਰੀਤ, ਤੁਸੀਂ ਇੰਝ ਕਰਦੇ ਹੋ? ਬਿਲਕੁਲ। ਘਰ ਆ ਕੇ ਫਿਰ ਕਿਹੋ ਜਿਹਾ ਫੀਲ ਕਰਦੇ ਹੋ? ਬਹੁਤ ਵਧੀਆ, ਫਿਰ ਥੋੜ੍ਹਾ ਹੈ ਆਪਾਂ ਫਰੈਸ਼ ਜਿਹੇ ਹੋ ਜਾਂਦੇ ਹਾਂ, ਫਿਰ ਜਿਹੜਾ ਕੰਮ 'ਤੇ ਵੀ ਬਹੁਤ ਚੰਗਾ ਧਿਆਨ ਲੱਗਦਾ, ਕਿਉਂਕਿ ਜੇਕਰ ਆਪਾਂ ਜ਼ਿਆਦਾ ਦੇਰ ਤੱਕ ਕੰਮ ਕਰਦੇ ਰਹੀਏ ਨਾ ਤਾਂ ਕੰਮ 'ਤੇ ਆਪਾਂ ਕਰ ਦਿੰਦੇ ਹਾਂ, ਲੇਕਿਨ ਉਹ ਕੰਮ ਕਿਵੇਂ ਕਰਦੇ ਹਾਂ ਉਹ ਸਾਨੂੰ ਵੀ ਪਤਾ ਹੁੰਦਾ, ਕਿਉਂਕਿ ਉਸ ਕੰਮ ਦੇ ਵਿੱਚ ਜਦੋਂ ਆਪਾਂ ਵੇਖਦੇ ਹਾਂ ਨਾ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਇਹਦੇ ਵਿੱਚ ਬਿਲਕੁਲ ਵੀ ਐਨਰਜੀ ਨਹੀਂ ਹੈਗੀ, ਸਿਰਫ ਉਹ ਡਾਊਨ ਹੋ ਕੇ ਬਸ ਆਪਣਾ ਕੰਮ ਨਿਪਟਾਇਆ ਹੋਵੇ। ਔਰ ਇੱਕ ਗੱਲ ਦੱਸਾਂ, ਕਦੀ ਲੇਡੀਜ਼ ਜਿਹੜੀਆਂ ਨਾ ਸਾਰਾ ਦਿਨ ਕੰਮ 'ਚ ਲੱਗੀਆਂ ਰਹਿੰਦੀਆਂ ਨੇ, ਕਦੀ ਰਸੋਈ ਅਤੇ ਕਦੀ ਬਾਥਰੂਮ ਜਾਂ ਕਦੀ ਫਿਰ ਕਿਚਨ, ਕੁਛ ਨਾ ਕੁਛ ਲੱਗੀਆਂ ਰਹਿੰਦੀਆਂ ਨੇ। ਉਹਨਾਂ ਵੁਮੈਨਸ ਦੇ ਲਈ ਮੈਂ ਇੱਕ ਹੀ ਗੱਲ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਬਈ ਜੇਕਰ ਤੁਸੀਂ ਕਿਚਨ ਦੇ ਵਿੱਚ ਨਾ ਬੜਾ ਬੋਰ ਫੀਲ ਕਰਦੇ ਹੋ ਨਾ ਤਾਂ ਇੱਕ ਛੋਟਾ ਜਿਹਾ ਨਾ ਰੇਡੀਓ ਰੱਖ ਲਓ, ਜਾਂ ਫਿਰ ਮੋਬਾਈਲ ਦੇ ਵਿੱਚ ਢੇਰ ਸਾਰੇ ਗਾਣੇ ਐਡ ਕਰਕੇ ਨਾ ਉੱਥੇ ਰੱਖ ਲਓ, ਗਾਣੇ ਸੁਣਦੇ ਰਹੋ ਅਤੇ ਕੰਮ ਹੁੰਦਾ ਰਹੇਗਾ। ਮੇਰਾ ਤਾਂ ਬਈ ਇਹੀਓ ਹੀ ਰੂਲ ਹੈ, ਜਦੋਂ ਵੀ ਕਿਚਨ ਦੇ ਵਿੱਚ ਪੈਰ ਰੱਖਾਂਗੇ ਨਾ ਮੋਬਾਈਲ ਫੋਨ ਨਾਲ ਹੋਏਗਾ, ਗਾਣੇ ਚੱਲਦੇ ਜਾਣਗੇ ਅਤੇ ਮੇਰੇ ਕੰਮ 'ਚ ਹੁੰਦੇ ਰਹਿਣਗੇ।
ਵਾਜੀ ਬਾਬਾ ਸੇ ਰਣਜੀਤ ਨੇ ਬਹੁਤ ਹੀ ਵਧੀਆ ਸਲਾਹ ਦਿੱਤੀ ਹੈ ਤੇ ਵਿਊਅਰਸ ਹੁਣ ਇਨਹੀਂ ਗੱਲਾਂ ਬਾਤਾਂ ਦੇ ਨਾਲ ਸਾਨੂੰ ਜਾਣਾ ਪੈਣਾ ਕਿਉਂਕਿ ਬਹੁਤ ਜ਼ਿਆਦਾ ਗੱਪਸ਼ਪ ਹੋ ਗਈ ਹੈ। ਹਾਂਜੀ ਤੇ ਹੁਣ ਇਹਨਾਂ ਦੀ ਗੋਸਿਪਸ ਜਿਹੜੀ ਇਹਨੇ ਖਤਮ ਕਰਦੇ ਹੋਏ ਅਸੀਂ ਤੁਹਾਡੇ ਤੋਂ ਲੈ ਲੈਣੇ ਇਜਾਜ਼ਤ, ਲੇਕਿਨ ਜਾਂਦੇ ਜਾਂਦੇ ਕਵਾਂਗੇ ਬਈ ਆਪਣੇ ਦਿਨਾਂ ਨੂੰ ਇੰਜੋਏ ਕਰਦੇ ਰਹੋ, ਗਰਮੀ ਵਾਲੇ ਮੌਸਮ ਨੂੰ ਥੋੜ੍ਹਾ ਜਿਹਾ ਇੰਜੋਏ ਕਰੋ, ਕੋਈ ਗੱਲ ਨਹੀਂ ਬੋਰੀਅਤ ਤਾਂ ਆਉਂਦੀ ਰਹੇਗੀ, ਲੇਕਿਨ ਕਿਤੇ ਜਾਣ ਤੋਂ ਪਹਿਲਾਂ ਹੱਥ ਤੇ ਸੈਨੇਟਾਈਜ਼ ਤੇ ਮੂੰਹ ਦੇ ਉੱਤੇ ਮਾਸਕ ਜ਼ਰੂਰ ਲਗਾਉਣਾ, ਨਹੀਂ ਤਾਂ ਬਈ ਰਾਸਤੇ ਦੇ ਵਿੱਚ ਚੁਰਾਹੇ ਦੇ ਵਿੱਚ ਮਾਮੇ ਖੜੇ ਹੋਣਗੇ ਜੀ। ਤੇ ਬਿਲਕੁਲ ਸਹੀ ਕਿਹਾ ਰਣਜੀਤ ਨੇ, ਸਹੀ ਗੱਲ ਜੀ, ਲਾਪਰਵਾਹੀ ਬਿਲਕੁਲ ਨਹੀਂ ਵਰਤਣੀ ਹੈਗੀ, ਵਰਨਾ ਤੁਸੀਂ ਨਾਨੀ ਘਰ ਨਹੀਂ ਜਾਣਾ, ਤੁਹਾਨੂੰ ਮਾਮੇ ਦੇ ਇੱਥੇ ਦਰਸ਼ਨ ਹੋ ਜਾਣਗੇ। ਹੁਣ ਆਪਾਂ ਤੁਹਾਡੇ ਕੋਲ ਲੈਣੇ ਇਜਾਜ਼ਤ ਤੇ ਜੀ ਵੇਖਦੇ ਰਹੋ ਯੈਸ ਟੀਵੀ, ਸਾਡੇ ਦੋਹਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।